ਮੇਰਾ ਨਾਮ ਸਾਜ਼ਦਾ ਹੈ ਜੀ। ਸਾਜ਼ਦਾ ਜੀ ਕਿੱਥੋਂ ਆਏ ਹੋ ਜੀ? ਮੈਂ ਮਲੇਰਕੋਟਲੇ ਤੋਂ। ਕੀ ਹੋਇਆ ਕੀ ਹੈ? ਮੇਰੇ ਬੇਟੇ ਨੂੰ ਪਹਿਲਾਂ ਵੀ ਇਹਨਾਂ ਨੇ ਬਹੁਤ ਮੁਲਾਜ਼ਮਾਂ ਨੇ ਕੁੱਟਿਆ ਸੀ, ਪਰ ਚੱਕਰਾਂ ਮੇਰੀ ਸੁਣਵਾਈ ਕੋਈ ਨਹੀਂ ਕੀਤੀ ਸੀ ਕਿਸੇ ਨੇ। ਅੱਜ ਫੇਰ ਕਹਿੰਦੇ ਨੇ ਤੇਰਾ ਮੁੰਡਾ ਸੀਰੀਅਸ ਹੈ। ਕੀ ਨਾਮ ਹੈ ਮੁੰਡੇ ਦਾ? ਸਹਿਬਾਜ਼। ਕਿੱਥੇ ਹੈ ਜੀ ਹੁਣ? ਉਹ ਕਿੱਥੇ ਆ ਹੁਣ? ਹੁਣ ਕਹਿੰਦੇ ਪਟਿਆਲੇ ਲੈ ਕੇ ਗਏ ਨੇ, ਉਰੋ ਰੈਫਰ ਕਰਤਾ। ਮੈਨੂੰ ਕਿਸੇ ਨੇ ਫੋਨ ਨਹੀਂ ਕਰਿਆ। ਜਿਹੜੀ ਕੇਸ ਦੇ ਅੰਦਰ ਹੈ ਜੀ? ਨਾ ਮੈਨੂੰ ਕੋਈ ਫੋਨ ਨਹੀਂ ਕਰਿਆ। ਮਾਤਾ ਰਾਤ ਤੁਹਾਡੇ ਮੁੰਡੇ ਨੂੰ ਬੁਰੇ ਤਰੀਕੇ ਨਾਲ ਕੁੱਟਿਆ ਗਿਆ 8 ਬੰਦਿਆਂ ਵੱਲੋਂ, ਉਹ ਚੀਜ਼ ਤੁਹਾਨੂੰ ਦੱਸੀ ਗਈ ਹੈ ਜਾਂ ਨਹੀਂ ਦੱਸੀ ਗਈ? ਕਿਸੇ ਦੀ ਨਾਲ ਰੰਜਿਸ਼ ਹੈਗੀ ਸੀ ਤੁਹਾਡੇ ਮੁੰਡੇ ਦੀ? ਫੋਨ ਤੇ ਗੱਲ ਹੁੰਦੀ ਹੋਣੀ ਕਦੇ ਹੈਗੀ ਸੀ ਕਿਸੇ ਬੇਟੇ ਨਾਲ? ਕੋਈ ਗੱਲ ਨਹੀਂ ਬਾਤ। ਪਹਿਲਾਂ ਵੀ ਕਦੇ ਤੁਹਾਡੇ ਮੁੰਡੇ ਨਾਲ ਕੁੱਟਮਾਰ ਹੋਈ ਹੈ? ਕਿਹਨੇ ਕੀਤੀ ਸੀ ਪਹਿਲਾਂ? ਮੁਲਾਜ਼ਮਾਂ ਨੇ ਕੁੱਟਿਆ ਸੀ ਜੀ ਪਹਿਲਾਂ ਵੀ। ਮੈਨੂੰ ਪਰਚਾ ਕਰਾਇਆ ਸੀ, ਮੇਰੀ ਸੁਣਵਾਈ ਕਿਸੇ ਨੇ ਨਹੀਂ ਕੀਤੀ। ਹੁਣ ਤੁਸੀਂ ਮੁੰਡੇ ਨੂੰ ਮਿਲ ਕੇ ਆਏ ਹੋ ਪਟਿਆਲੇ? ਨਾ ਜੀ, ਮੈਂ ਤਾਂ ਮਿਲ ਕੇ ਨਹੀਂ, ਮੈਂ ਤਾਂ ਉਰੇ ਆਈ ਹਾਂ ਫੈਕਟਰੀ 'ਚ। ਮੈਨੂੰ ਹੁਣੀ ਪਤਾ ਲੱਗਾ। ਮੈਡਮ ਕੱਲ ਰਾਤ 7 ਵਜੇ ਦੀ ਘਟਨਾ, ਹੁਣ ਤੱਕ ਤੁਹਾਨੂੰ ਕੋਈ ਫੋਨ ਆਇਆ ਕੱਲ ਰਾਤ? ਕੋਈ ਵੀ ਨਹੀਂ ਆਇਆ, ਮੈਨੂੰ ਕਿਸੇ ਨੇ ਨਹੀਂ ਦੱਸਿਆ। ਕੱਲ ਜੇਲ੍ਹ ਦੇ ਵਿੱਚ ਕੁਛ ਕੈਦੀਆਂ ਦੀ ਲੜਾਈ ਹੋਈ ਸੀ, ਇਹ ਕੋਈ ਗੈਂਗਵਾਰ ਨਹੀਂ ਹੈ। ਇਹ ਪਹਿਲਾਂ ਆਪਸ ਦੇ ਵਿੱਚ ਸਾਰੇ ਜਿਹੜੇ ਇਕੱਠੇ ਰਹਿੰਦੇ ਹੁੰਦੇ ਸਨ, ਕਿਸੇ ਗੱਲੋਂ ਇਹਨਾਂ ਦਾ ਕੁਛ ਦਿਨ ਪਹਿਲਾਂ ਤਕਰਾਰ ਹੋਇਆ, ਪਹਿਲਾਂ ਮਾੜਾ ਮੋਟਾ ਗਲ ਗਲੋਚ ਹੋਇਆ, ਅਤੇ ਕੱਲ੍ਹ ਇਹਨਾਂ ਨੇ ਜਿਹੜੇ ਦੋ ਬੰਦੇ ਮਾਰਤੇ, ਅਤੇ ਦੋ ਬੰਦੇ ਜਿਹੜੇ ਬੜੇ ਸੀਰੀਅਸਲੀ ਜ਼ਖਮੀ ਨੇ, ਉਹ ਰਜਿੰਦਰਾ ਹੋਸਪਿਟਲ 'ਚ ਐਡਮਿਟ ਨੇ, ਅਤੇ ਜੋ ਡਾਕਟਰਸ ਤੋਂ ਰਿਪੋਰਟ ਰਹੀ ਹੈ ਉਹ ਆਊਟ ਆਫ ਡੇਂਜਰ। ਸਰ ਕਾਦੇ ਨਾਲ ਮਾਰੇ ਨੇ ਜੀ? ਰਿਪੋਰਟ ਭੇਜੀ ਨਹੀਂ ਗਈ ਸੀ ਜੀ, ਮੈਨੂੰ ਕੋਈ 3 ਮਿੰਟ ਰਹਿੰਦੇ ਨੇ ਜਾਂ ਉੱਪਰ ਰਿਪੋਰਟ ਭੇਜੀ ਹੋਈ? ਮੈਨੂੰ ਬੋਲ ਤਾਂ ਲੈਣ ਦਿਓ ਪਹਿਲਾਂ। ਹਾਂਜੀ ਹਾਂਜੀ। ਇਹਦੇ ਵਿੱਚ ਪਰਚਾ ਦਰਜ ਹੋ ਗਿਆ, ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ, ਜੋ ਜੇਲ੍ਹ ਮੈਨੂਅਲ ਦੇ ਅਕੋਰਡਿੰਗਲੀ ਇਹਨਾਂ ਦਾ ਪ੍ਰੋਟੈਕਸ਼ਨ ਵਾਰੰਟ ਲੈ ਕੇ ਬੰਦੇ ਸਾਰੇ ਨੋਮੀਨੇਟਡ ਨੇ, ਇਹਨਾਂ ਨੂੰ ਅਸੀਂ ਪੁਲਿਸ ਰਿਮਾਂਡ 'ਤੇ ਲੈ ਕੇ ਜਾਵਾਂਗੇ। ਇਹਦੇ ਨਾਲ ਨਾਲ ਜਿਹੜੀ ਜੁਡੀਸ਼ਲ ਇਨਕੁਆਇਰੀ ਵੀ ਚੱਲ ਰਹੀ ਹੈ, ਰਾਤੀ ਮਜਿਸਟਰੇਟ ਸਾਹਿਬ ਆਏ ਸੀ ਇੱਥੇ, ਬਿਆਨ ਲੈ ਗਏ ਨੇ, ਸਾਰਾ ਮੌਕਾ ਦੇਖ ਗਏ ਨੇ, ਏ ਟੂ ਜ਼ੈਡ ਸਾਰੀ ਜਿਹੜੀ ਜੁਡੀਸ਼ਲ ਇਨਕੁਆਇਰੀ ਉਹ ਸਬਮਿਟ ਚੱਲ ਰਹੀ ਹੈ। ਇਹਦੇ ਨਾਲ ਨਾਲ ਜਿਹੜੇ ਪਰਚੇ ਦੇ ਵਿੱਚ ਅਸੀਂ ਕੋਰਟ ਦੇ ਵਿੱਚ, ਕਿਉਂਕਿ ਬੰਦੇ ਜੇਲ੍ਹ ਦੇ ਵਿੱਚ ਨੇ, ਜੇਲ੍ਹ 'ਚ ਹੋਣ ਕਰਕੇ ਜਿਹੜੇ ਪ੍ਰੋਟੈਕਸ਼ਨਮੈਂਟ ਲੈਣੇ ਜ਼ਰੂਰੀ ਨੇ, ਅਸੀਂ ਅਪਲਾਈ ਕਰਦੇ ਹਾਂ ਅਤੇ ਇਹਨਾਂ ਨੂੰ ਲੈ ਕੇ ਅੱਗੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ। ਜਿਹੜੇ ਇਹਨਾਂ ਨੇ ਕੁਛ ਤਾਂ ਜਿਹੜੀ ਆ ਪਾਣੀ ਵਾਲੀ ਟੂਟੀ ਵਾਲੀ ਜਿਹੜੀ ਪਾਈਪ ਹੈ ਉਹ ਹੈ, ਅਤੇ ਇੱਕ ਇਹਨਾਂ ਨੇ ਅੰਦਰੋਂ ਦਰਖਤ ਤੋਂ ਟਾਣਾ ਭੰਨ ਲਿਆ, ਅਤੇ ਉਸ ਤੋਂ ਸਿਵਾਏ ਦੋ ਇਹਨਾਂ ਕੋਲ ਜਿਹੜੀ ਚਾਕੂ ਸੀ ਉਹਨਾਂ ਨਾਲ ਜਿਹੜਾ ਇਹ ਬੰਦਿਆਂ 'ਤੇ ਇਹਨਾਂ ਨੇ ਇਹਨਾਂ 'ਤੇ ਵਾਰ ਕੀਤੀ। 10 ਬੰਦਿਆਂ 'ਤੇ ਐੱਫ ਆਈ ਆਰ ਹੋਈ ਹੈ। ਇਹਨਾਂ ਦੇ ਵਿੱਚੋਂ 6 ਬੰਦੇ ਪਹਿਲਾਂ ਹੀ ਮਰਡਰ ਕੇਸ ਦੇ ਵਿੱਚ ਅੰਦਰ ਇਨਵੋਲਵ ਨੇ, ਵਿਕੇ ਜਿਹੜੇ ਬਾਕੀ 4 ਨੇ ਉਹਨਾਂ 'ਤੇ 307 ਦੇ ਪਰਚੇ ਦਰਜ ਹੋਏ ਨੇ, ਉਹ ਅਟੈਂਪਟ ਟੂ ਮਰਡਰ ਦੇ ਵਿੱਚ ਇਨਵੋਲਵ ਨੇ। ਸਰ ਜਿਹੜੇ ਮਰੇ ਜਿਹੜੇ ਚਾਕੂ ਦੇ ਨਾਲ ਮਾਰੇ ਗਏ, ਉਹ ਚਾਕੂ ਕਿਹੜੇ ਸੀ ਜੀ, ਅੰਦਰ ਕਿਸ ਤਰ੍ਹਾਂ ਪਹੁੰਚੇ ਜੀ? ਉਹ ਛੋਟੇ ਜਿਹੜੇ ਚਾਕੂ ਸਨ ਉਹਦੇ ਵਿੱਚ ਅਸੀਂ, ਇਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ, ਇਹ ਅਸੀਂ ਚੈੱਕ ਕਰਾਂਗੇ ਕਿ ਇਹ ਅੰਦਰ ਕਿਸ ਤਰ੍ਹਾਂ ਪਹੁੰਚੇ। ਸਰ ਜਿਹੜੇ ਮਰੇ ਨੇ ਜੀ, ਉਹ ਕਿਸ ਤਰ੍ਹਾਂ ਦੇ ਮਰੇ ਸੀ ਜੀ? ਕਹਿੰਦੇ ਲੜਾਈ ਕਾਫੀ ਟਾਈਮ ਰੁਕੀ ਨਹੀਂ ਗਈ, ਤਕਰੀਬਨ 5-7 ਮਿੰਟ 10 ਮਿੰਟ ਲੜਾਈ ਲਗਾਤਾਰ ਹੁੰਦੀ ਰਹੀ ਹੈ। ਅੰਦਰ ਪੂਰੇ ਐਫਰਟਸ ਕੀਤੇ ਨੇ ਜੇਲ੍ਹ ਅਥਾਰਟੀ ਨੇ ਇਹਨਾਂ ਨੂੰ ਰੋਕਣ ਦੀ, ਜੇਲ੍ਹ ਦੀ ਜਿਹੜੀ ਅੰਦਰ ਫੋਰਸ ਹੈ ਉਹ ਮੈਂ ਮੂਵੀ ਦੇਖੀ ਹੈ ਸਾਰੀ, ਉਹਦੇ 'ਚ ਪੂਰੇ ਐਫਰਟਸ ਹੋਏ ਨੇ, ਅਤੇ ਲੇਕਿਨ ਉਹਦੇ 'ਚ ਡਿਲੇ ਇਹ ਆ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ 1-2 ਮਿੰਟ ਬਾਅਦ ਸਾਡੀ ਜਿਹੜੀ ਫੋਰਸ ਅੰਦਰ ਵਾਲੀ ਉੱਥੇ ਪਹੁੰਚ ਗਈ ਸੀ। ਉਸ ਤੋਂ ਬਾਅਦ ਜਦੋਂ ਉਹਨਾਂ ਡਿਸਟ੍ਰਿਕਟ ਪੁਲਿਸ ਨੂੰ ਜੇਲ੍ਹ ਅਥਾਰਟੀ ਨੇ ਇਨਫੋਰਮ ਕੀਤਾ,
ਤਾਂ ਸਾਡੇ SP D ਇਹ ਤੁਰੰਤ ਉੱਥੇ ਮੌਕੇ 'ਤੇ ਪਹੁੰਚੇ ਅਤੇ ਆ ਕੇ ਸਾਰੇ ਜਿਹੜੇ ਅੰਦਰ ਹਾਲਾਤ ਨੂੰ ਉਹਨਾਂ ਨੇ ਸਾਂਭਿਆ। ਇਹ ਮੈਂ ਤੁਹਾਨੂੰ ਦੱਸਦਾ ਜੀ, ਇਨਵੈਸਟੀਗੇਸ਼ਨ ਦਾ ਪਾਰਟ ਹੈ ਵੀ ਅੰਦਰ ਕਿਵੇਂ ਗਏ ਨੇ, ਕੀ ਹੈ, ਇਹਦੇ ਤਾਂ ਟਾਈਮ ਲੱਗੇਗਾ ਚੈੱਕ ਕਰਨ ਲਈ। ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਗੱਲ ਆਈ ਉਹ ਤੁਹਾਡੇ ਸਾਹਮਣੇ ਲਿਆਵਾਂਗੇ, ਤੁਹਾਨੂੰ ਦੱਸਾਂਗੇ। ਸਰ, ਜੇਲ੍ਹ ਦੀ ਕੰਪੈਸਿਟੀ ਕਿੰਨੀ ਹੈ ਇਸ ਸਮੇਂ? ਦੱਸਿਆ ਜਾ ਰਿਹਾ ਕਿ ਜਿਹੜੀ ਡਬਲ ਕੰਪੈਸਿਟੀ ਹੈ ਇਸ ਸਮੇਂ ਕੈਦੀਆਂ ਦੇ ਅੰਦਰ, ਮੁਲਾਜ਼ਮ ਘੱਟ ਨੇ, ਕੈਪੈਸਿਟੀ ਜ਼ਿਆਦਾ ਤੇ ਉਹਦੇ ਕਰਕੇ ਵੀ ਪ੍ਰਬੰਧ ਨਹੀਂ? ਇਹਦੇ 'ਚ ਜੇਲ੍ਹ ਸੁਪਰਡੈਂਟ ਤੋਂ ਜਿਹੜਾ ਮੈਂ ਪੁੱਛਿਆ ਕਿ ਇਹਨਾਂ ਦੀ ਕਪੈਸਿਟੀ ਦੇ ਅਕੋਰਡਿੰਗਲੀ ਹੀ ਅੰਦਰ ਜਿਹੜੇ ਕੈਦੀ ਹੈ ਨੇ, ਇਹਨਾਂ ਕੋਲ ਫੋਰਸ ਅੰਦਰ ਸਫੀਸ਼ੈਂਟ ਹੈ। ਜਿੰਨੀ ਇਹਨਾਂ ਕੋਲ ਕੋਈ 15-20 ਬੰਦੇ ਜਿਹੜੇ ਘੱਟ ਨੇ ਆਲਰੇਡੀ ਇਹਨਾਂ ਨੇ ਲਿਖ ਕੇ ਭੇਜੇ ਹੋਏ ਨੇ, ਉਹ ਵੀ ਇਹਨਾਂ ਨੂੰ ਮਿਲ ਜਾਣਗੇ। ਕਿੰਨੇ ਕੈਦੀ ਨੇ ਜੀ ਅੰਦਰ? ਕੈਦੀ ਅੰਦਰ ਮੇਰੇ ਕੋਲ 1,080 1,080 ਕੈਦੀ ਨੇ ਜੇਲ੍ਹ ਦੇ ਵਿੱਚ। ਇਹ ਜੇਲ੍ਹ ਸੁਪਰਡੈਂਟ ਤੁਹਾਨੂੰ ਪੂਰੀ ਦੀ ਡਿਟੇਲ ਦੱਸ ਸਕਦੇ। ਸਰ, ਕ੍ਰਿਮੀਨਲ ਦੀ ਕਦੇ ਰਿਪੋਰਟ ਭੇਜੀ ਨਹੀਂ ਗਈ ਜਾਂ ਕਦੇ ਥ੍ਰੈਟ ਕੀਤਾ ਹੋਵੇ ਜਾਂ ਵੀ ਇਸ ਤਰੀਕੇ ਦੇ ਕ੍ਰਿਮੀਨਲ ਬੰਦੇ ਨੇ ਜਾਂ ਇਹਨਾਂ ਲਈ ਖਾਸ ਪ੍ਰਬੰਧ ਕਰਨਾ ਚਾਹੀਦੇ ਕਿਉਂਕਿ 6-7 ਬੈਰਕ ਦੇ ਵਿੱਚ ਇਸ ਤਰੀਕੇ ਨਾਲ ਚਲੇ ਜਾਂਦੇ? ਦੇਖੋ, ਜਦੋਂ ਵੀ ਕੋਈ ਕੈਦੀ ਬਾਹਰ ਪੇਸ਼ੀ 'ਤੇ ਜਾਂਦਾ ਉਹ ਕਿਹੜੇ ਕੇਸ ਦੇ ਵਿੱਚ ਇਨਵੋਲਵ ਹੈ? ਸੀਰੀਅਸ ਕੇਸ ਦੇ ਵਿੱਚ ਉਹਦੇ ਹਿਸਾਬ ਦੇ ਉੱਤੇ ਹੀ ਜਿਹੜੀ ਪੁਲਿਸ ਫੋਰਸ ਹੈ ਨਾਲ ਉਹਨੂੰ ਅੱਗੇ ਅਦਾਲਤਾਂ ਦੇ ਵਿੱਚ ਪੇਸ਼ੀ 'ਤੇ ਭੇਜਿਆ ਜਾਂਦਾ। ਜੇਕਰ ਕੋਈ ਗੈਂਗਸਟਰ ਨੇ ਤਾਂ ਉਹਨਾਂ ਨਾਲ ਸਿਕਿਉਰਿਟੀ ਜ਼ਿਆਦਾ ਲਾਈ ਜਾਂਦੀ ਹੈ। ਜੇ ਕੋਈ ਆਮ ਕੈਦੀ ਹੈ ਜਾਂ ਕੋਈ ਆਮ ਹਵਾਲਾਤੀ ਹੈ ਜਿਹੜਾ ਉਹ ਅਦਾਲਤਾਂ ਦੇ ਵਿੱਚ ਪੇਸ਼ੀ 'ਤੇ ਜਾਂਦਾ, ਉਹਨਾਂ ਦਾ ਜਿਹੜਾ ਸਿਕਿਉਰਿਟੀ ਬੰਦੋਬਸਤ ਨੇ ਜਿਹੜੇ ਉਹ ਅਲੱਗ ਅਲੱਗ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਨਾਲ। ਔਰ ਬਾਕਾਇਦਾ ਸਾਡੇ ਕੋਲ ਪ੍ਰਿਜ਼ਨ ਵੈਨ ਨੇ ਜਿਹੜੀਆਂ ਹੈਗੀਆਂ, ਅਸੀਂ ਉਹਨਾਂ ਦੇ ਵਿੱਚ ਬੜੇ ਹੀ ਪੂਰੀ ਫੁੱਲ ਪ੍ਰੂਫ ਸਿਕਿਉਰਿਟੀ ਨਾਲ ਇਹਨਾਂ ਨੂੰ ਜਿਹੜਾ ਲੈ ਕੇ ਜਾਂਦੇ। ਇਹ ਜਿਹੜਾ ਹੁਣ ਤੁਹਾਨੂੰ ਦੱਸਿਆ ਕਿ ਇਹਨਾਂ ਦਾ 2-4 ਦਿਨ ਪਹਿਲਾਂ ਤਕਰਾਰ ਹੋਇਆ ਸੀ, ਹੁਣ ਇਹਨਾਂ ਦੀ ਫਰਦਰ ਜਿਹੜੀ ਅੱਗੇ ਗੱਲ ਤੁਸੀਂ ਪੁੱਛ ਰਹੇ ਹੋ, ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈ। ਇਨਵੈਸਟੀਗੇਸ਼ਨ 'ਚ ਜਦੋਂ ਸਾਡੇ ਕੋਲ ਬੰਦੇ ਬਾਹਰ ਆਉਣਗੇ ਅਸੀਂ ਇਹਨਾਂ ਨੂੰ ਰਿਮਾਂਡ 'ਤੇ ਲੈ ਕੇ ਜਾਵਾਂਗੇ, ਪੁਲਿਸ ਰਿਮਾਂਡ 'ਤੇ, ਉਦੋਂ ਗੱਲ ਸਾਰੀ ਸਾਹਮਣੇ ਆ ਜਾਵੇ। ਅਜੇ ਤੱਕ ਇਹਦੇ 'ਚ ਇਹ ਗੱਲ ਕਹਿਣੀ ਬੜੀ ਔਖੀ ਹੈ, ਲੇਕਿਨ ਇਹਦੇ ਵਿੱਚ ਪ੍ਰੋਪਰ ਇਨਵੈਸਟੀਗੇਸ਼ਨ ਜਦੋਂ ਹੋਈ ਫਿਰ ਉਸ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਮਰਡਰ ਕੇਸਾਂ ਦੇ ਵਿੱਚ ਹੈ ਇਹਦੀ ਜਿਹੜੀ ਜਾਂਚ ਹੁੰਦੀ ਹੈ ਉਹਦਾ ਟਾਈਮ ਪੀਰੀਅਡ ਨਹੀਂ ਦਿੱਤਾ ਜਾਂਦਾ। ਇਹਦੇ ਵਿੱਚ ਤੁਹਾਨੂੰ ਦੱਸਿਆ ਕਿ ਜੁਡੀਸ਼ਲ ਇਨਕੁਆਇਰੀ ਹੋ ਰਹੀ ਹੈ, ਭੁੱਲਰ ਸਾਹਿਬ ਜੁਡੀਸ਼ਲ ਇਨਕੁਆਇਰੀ ਹੋ ਰਹੀ ਹੈ, ਇਹਦੇ ਨਾਲ ਪੁਲਿਸ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ। 10 ਬੰਦਿਆਂ ਤੇ ਮੁਕੱਦਮਾ ਦਰਜ ਕੀਤਾ ਗਿਆ, ਉਹਨਾਂ 'ਚ ਗੈਂਗਸਟਰ ਕਿੰਨੇ ਨੇ ਜੀ, ਕਿਹੜੀ ਕਿਹੜੀ ਕੈਟਾਗਰੀ ਦੇ? ਇਹਨਾਂ ਦੇ ਵਿੱਚ ਤੁਹਾਨੂੰ ਦੱਸਿਆ ਹੈ ਕਿ 6 ਬੰਦਿਆਂ ਦੇ ਉੱਤੇ ਮਰਡਰ ਦੇ ਪਰਚੇ ਦਰਜ ਨੇ, ਇਹਨਾਂ 'ਚੋਂ ਗੈਂਗਸਟਰ ਕੋਈ ਨਹੀਂ ਹੈਗਾ। ਇਹਨਾਂ ਦੀਆਂ ਆਪਣੀਆਂ ਇੰਡੀਵਿਜੁਅਲ ਦੁਸ਼ਮਣੀਆਂ ਸਨ, ਕੋਈ ਕਿਸੇ ਨਾਲ ਦੁਸ਼ਮਣੀ ਸੀ, ਕੋਈ ਕਿਸੇ ਨਾਲ ਦੁਸ਼ਮਣੀ ਸੀ, ਉਹਨਾਂ ਦੇ ਵਿੱਚ ਇਹਨਾਂ ਨੇ ਬੰਦੇ ਮਾਰੇ ਸੀ। ਅਤੇ ਉਹ ਬੰਦੇ ਹੀ ਇੱਥੇ ਕਿਸੇ 'ਤੇ 2 ਮਰਡਰ ਦੇ ਪਰਚੇ ਦਰਜ ਨੇ, ਕਿਸੇ 'ਤੇ 1 ਜਾਂ ਕਿਸੇ 'ਤੇ 307 ਦੇ ਵੀ ਆਏ ਨੇ। ਇਹ ਦੱਸਿਆ ਜਾ ਰਿਹਾ ਜਿਹੜਾ ਮੁੱਖ ਮੁਲਜ਼ਮ ਹੈ ਜੀ ਉਹਦੇ 'ਤੇ 30 ਦੇ ਕਰੀਬ ਪਰਚੇ ਦਰਜ ਨੇ, ਉਹਦੇ 'ਤੇ ਮਰਡਰ ਦੇ ਮੇਰੇ ਖਿਆਲ ਤੱਕ 3 ਪਰਚੇ ਦਰਜ ਨੇ ਉਹਦੇ 'ਤੇ। ਬਾਕੀ ਹੁਣ ਜਦੋਂ ਬਾਹਰ ਲੈ ਕੇ ਆਵਾਂਗੇ ਅਸੀਂ ਰਿਮਾਂਡ 'ਤੇ ਫਿਰ ਡਿਟੇਲ 'ਚ ਪੁੱਛਗਿੱਛ ਕਰਾਂਗੇ। ਮੁੱਖ ਮੰਤਰੀ ਜਿਹੜਾ ਸ਼ਹਿਬਾਜ਼ ਨਾਮ ਦਾ ਮੁੰਡਾ ਪਟਿਆਲੇ 'ਚ ਦਾਖਮੀ ਹੈ ਜੀ, ਉਹਦੇ ਮਦਰ ਦਾ ਦੋਸ਼ ਹੈ ਕਿ ਮੈਨੂੰ ਹਜੇ ਕੋਈ ਇਨਫੋਰਮ ਨਹੀਂ ਕੀਤਾ ਗਿਆ ਤੇ ਉਹ ਕਹਿ ਰਹੇ ਨੇ ਕਿ ਮੈਨੂੰ ਕੋਈ ਸੁਨੇਹਾ ਨਹੀਂ ਹੁਣ ਤੱਕ ਲਗਾਇਆ ਗਿਆ, ਕੱਲ ਸ਼ਾਮ 7 ਵਜੇ ਤੋਂ ਨਾ ਹੀ ਹੁਣ ਤੱਕ ਕੋਈ ਮਿਲਣ ਦੇ ਰਿਹਾ ਮੈਨੂੰ। ਦੇਖੋ, ਜਿਹੜੇ ਜਿਹੜੇ ਬੰਦੇ ਜ਼ਖਮੀ ਨੇ ਉਹ ਅਸੀਂ ਥਰੂ SSP ਜਿਹੜਾ ਇਨਫੋਰਮੇਸ਼ਨ ਦਿੱਤੀ ਹੈ। ਇੱਕ ਬੰਦਾ ਮਲੇਰਕੋਟਲੇ ਦਾ ਹੈਗਾ, ਉਹਨਾਂ ਦੇ ਪੇਰੈਂਟਸ ਨੂੰ ਇਨਫੋਰਮੇਸ਼ਨ ਦਿੱਤੀ ਹੋਈ, ਉਹ ਪਟਿਆਲੇ ਰਜਿੰਦਰਾ ਹੋਸਪਿਟਲ 'ਚ ਮਿਲਣੇ ਵੀ ਗਏ ਨੇ। ਇੱਕ ਦਾ ਪਰਿਵਾਰ ਕੋਈ ਇੱਥੇ ਵੀ ਆਇਆ ਹੋਇਆ, ਉਹਨਾਂ ਦੇ ਇੱਥੇ ਜਿਹੜਾ ਹੈਗਾ ਉਹਨੂੰ ਨਾਲ ਰਜਿੰਦਰਾ ਹੋਸਪਿਟਲ 'ਚ ਭੇਜ ਕੇ ਉਹਨਾਂ ਨਾਲ ਪ੍ਰੋਪਰ ਮਿਲਾਵਾਂਗੇ। ਪਰਿਵਾਰ ਨੂੰ ਮਿਲਾਉਣ ਦੇ ਵਿੱਚ ਕੋਈ ਦਿੱਕਤ ਨਹੀਂ ਹੈ। ਪਰਿਵਾਰ ਵਾਲੇ ਜਦੋਂ ਮਰਜ਼ੀ ਜਾ ਕੇ ਜਿਹੜੇ ਇੰਜਰਡ ਨੇ ਉੱਥੇ ਉਹਨਾਂ ਨੂੰ ਸਾਡੀ ਜਿਹੜੀ ਗਾਰਡ ਲੱਗੀ ਹੈ ਉਹ ਹਾਲ ਚਾਲ ਪੁੱਛਣ ਲਈ ਨਾਲ
ਮਿਲਾ ਸਕਦੇ। ਸਰ ਉਹ ਕਹਿੰਦੇ ਪਹਿਲਾਂ ਵੀ ਪੁਲਿਸ ਮੁਲਾਜ਼ਮਾਂ ਵੱਲੋਂ ਕੁੱਟਮਾਰ ਕੀਤੀ ਗਈ, ਮੈਂ ਦਰਖਾਸਤ ਦਿੱਤੀ ਸੀ ਪਰ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਦੇਖੋ ਜਿਹੜੀ ਚੀਜ਼ ਦਾ ਅਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੈ ਉਹਦੇ ਬਾਰੇ ਮੈਂ ਕਿਵੇਂ ਕਮੈਂਟਸ ਕਰਾਂਗਾ।